ਅੱਜ ਪਤਾ ਕੀ ਲਿਆਂਦਾ? ਅੱਜ ਲਿਆਂਦੀ ਆ ਆਪਾਂ ਇੱਕ ਐ ਨਹੀਂ ਦੱਸਣਾ, ਕੱਢਦੇ ਹਾਂ ਪਹਿਲਾਂ ਆਹ ਵਾਲੀ LED ਅਤੇ ਇਹਦਾ ਕਰਾਂਗੇ ਫੁੱਲ ਰਿਵਿਊ। LED ਆਪਣੇ ਕੋਲ ਪਹਿਲਾਂ ਵੀ ਬਹੁਤ ਹੈਗੀਆਂ, ਅਤੇ ਇਹ ਹੈਗੀ ਹੈ IPS ਪੈਨਲ, ਅਤੇ ਐਡੀਟਿੰਗ ਵਾਸਤੇ ਵੀ ਫੁੱਲ ਕਲਰ ਹੈ ਜਿਹੜੀ ਇਹ ਦਿਖਾਉਂਦੀ ਆ। ਆ ਜਾਓ ਕਰਦੇ ਹਾਂ ਰਿਵਿਊ ਦਫ਼ਤਰ 'ਚ। ਆਈ ਵੈਸੇ ਮੇਰਾ ਫੋਨ ਪਿਆ ਵਿੱਚ। ਹਾਂਜੀ, ਅਤੇ ਆਹ ਲਿਆਂਦੀ ਆਪਾਂ ਨਵੀਂ LED AOC ਦੀ। ਪਹਿਲਾਂ ਵੀ ਆਪਣੇ ਕੋਲ ਆਲਰੇਡੀ ਦੋ LED AOC ਦੀਆਂ ਚੱਲ ਰਹੀਆਂ, ਇੱਕ ਹੈਗੀ ਹੈ LG ਦੀ, ਇੱਕ ਹੈਗੀ ਹੈ HP ਦੀ, ਆਹ ਹੈਗੀ ਆਪਣੇ ਕੋਲ ਪੰਜਵੀਂ, ਇਹ ਵੀ AOC ਦੀ ਆ, ਅਤੇ ਇਹ ਹੈਗੀ ਆ IPS ਪੈਨਲ। ਇਹਦੇ ਬਾਰੇ ਆਪਾਂ ਮੋਟੀ ਮੋਟੀ ਗੱਲਬਾਤ ਜਿਹੜੀ ਆ ਕਰਾਂਗੇ। IPS ਵਾਈਡ ਐਂਗਲ ਵਿਊ, ਅਲਟਰਾ ਸਲਿਮ, ਵਾਹ ਵਾਹ ਵਾਹ, HDMI ਲੱਗਦੀ ਇਹਨੂੰ, ਸਿੱਧੀ ਸਪੋਰਟ ਕਰਦੀ ਆ। ਅਤੇ ਬਾਕੀ ਹੈ ਜਿਹੜਾ ਉਹ ਤੁਹਾਨੂੰ ਜਿਹੜਾ ਅਸੀਂ ਇਹਦੀ ਓਪਨਿੰਗ ਅਤੇ ਇਹਦੇ ਕਲਰਾਂ ਦਾ ਕੰਟਰਾਸਟ ਜਿਹੜਾ ਵਿਖਾਵਾਂਗੇ। LED ਜਿਹੜੀ ਆ ਵੀ ਇਹ ਵੀ ਸਹੀ ਆ, ਬਹੁਤ ਵਧੀਆ, ਜਾਨੀ ਕਿ ਇਹ ਵੀ ਹੈਗੀ IPS ਪੈਨਲ ਹੀ ਆ, ਇਹ ਵੀ IPS ਪੈਨਲ ਹੀ ਆ, ਪਰ ਉਹ ਥੋੜ੍ਹੀ ਕਲਰ ਜਿਹੜੇ ਆ ਉਹ ਇਕੁਅਲ ਕਲਰ ਨਹੀਂ ਵਿਖਾ ਰਹੀ, ਕਿਉਂਕਿ ਸਾਨੂੰ ਵੀਡੀਓ ਐਡੀਟਿੰਗ ਵਾਸਤੇ ਜਿਹੜੇ ਪ੍ਰੋਪਰ ਕਲਰਾਂ ਦੀ ਲੋੜ ਹੁੰਦੀ ਆ। ਪ੍ਰੋਪਰ ਕਲਰ ਕਈ ਵਾਰੀ ਅਸੀਂ ਕੁਛ ਕਲਰ ਆਪਦੇ ਕੋਲੋਂ ਵੀ ਐਡ ਕਰਨੇ ਹੁੰਦੇ ਆ, ਅਤੇ ਉਹਦੇ ਵਾਸਤੇ ਹੁਣ ਜਿਹੜੀ ਇਹ ਆ ਇਹ ਪ੍ਰੋਪਰ ਕਲਰ ਦਿਖਾਊਗੀ, ਕਿਉਂਕਿ ਅੱਜ ਕੱਲ੍ਹ ਕੰਮ ਜਿਹੜਾ ਉਹ ਸਾਡਾ ਸਾਨੂੰ ਕਈ ਵਾਰੀ ਰੌ ਖਿੱਚਣਾ ਪੈਂਦਾ, ਰੌ 'ਚ ਅਸੀਂ ਜਿਹੜਾ ਕੰਟਰਾਸਟ ਉਹ ਜਮ੍ਹਾਂ ਡਾਊਨ ਕਰਕੇ ਕੰਮ ਕਰਦੇ ਹਾਂ, ਅਤੇ ਉਹਦੇ ਵਾਸਤੇ ਆ LED ਸਾਨੂੰ ਜੋ ਐਡੀਟਿੰਗ ਵਾਸਤੇ ਸਾਡੇ ਬਹੁਤ ਸਾਡੀ ਹੈਲਪ ਕਰੂਗੀ। ਹੁਣ ਇਹਦੀ ਕਰਦੇ ਹਾਂ ਆਪਾਂ ਓਪਨਿੰਗ, ਅਤੇ ਆਇਓ ਮਾੜੇ ਨੇੜੇ ਆਇਆ ਗੋਪੀ, ਲੈ ਇੱਥੇ ਜੀ ਪਈ ਸੀਗੀ ਆਪਣੀ, ਹੁਣ ਕਰ ਲੱਗਿਆ ਇਹਦੀ ਓਪਨਿੰਗ ਆਪਾਂ। ਅਤੇ ਸਭ ਤੋਂ ਪਹਿਲਾਂ ਕਰਦੇ ਹਾਂ ਐਸੇ ਵੈਸੇ ਐਤਕੀ, ਵੈਸੇ ਨਾ ਇਸ ਸਾਲ 'ਚ ਅਸੀਂ ਕਾਫੀ ਚੀਜ਼ਾਂ ਜਿਹੜੀਆਂ ਨਵੀਆਂ ਲਿਆਂਦੀਆਂ, ਅਤੇ ਇੱਕ ਗੱਲ ਹੋਰ ਆ, ਡੱਬਾ ਖੋਲ੍ਹਦੇ ਖੋਲ੍ਹਦੇ ਮੈਂ ਤੁਹਾਨੂੰ ਇਹ ਵੀ ਕਹਿ ਦਿਆਂ ਕਿ ਜਿਹਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਅਤੇ ਥੋੜ੍ਹੇ ਹੀ ਘੱਟ ਆ, 10,000 ਰੁਪਏ ਦਾ ਪਹੁੰਚਾਓ ਯਾਰ, ਬਸ 98 ਕੁ ਹੋ ਗਏ ਆ, ਅਤੇ 10,000 ਪਟਾਓ, ਜਿੱਦੇ 10,000 ਹੋ ਗਏ ਸਬਸਕ੍ਰਾਈਬਰ, ਆਪਾਂ ਉਹਦੇ ਕੇਕ ਕੱਟਾਂਗੇ, ਤੁਹਾਡੇ ਸਾਰਿਆਂ ਨਾਲ ਇੰਜੋਏ ਕਰਾਂਗੇ। ਉਸ ਤੋਂ ਬਾਅਦ ਆਪਾਂ ਅਗਲਾ ਟਾਰਗੇਟ ਲਿਖਾਂਗੇ 1,00,000 ਸਬਸਕ੍ਰਾਈਬਰ ਦਾ, ਜਿੱਦੇ 1,00,000 ਸਬਸਕ੍ਰਾਈਬਰ ਹੋਏ ਉਹਦੇ ਤੁਹਾਨੂੰ ਇਨਵਾਈਟ ਕਰਾਂਗੇ ਇੱਥੇ ਘਰੇ, ਆਪਾਂ ਰੱਖਾਂਗੇ ਪਾਰਟੀ, ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਆ, ਮੈਨੂੰ ਵੇਹਦੇ ਆ ਮੇਰੀ ਇਹ ਵੀਡੀਓ, ਅਤੇ ਮਾੜੇ ਜਿਹੇ ਨਾ ਹਮਲਾ ਮਾਰ ਦਿਓ, ਅਤੇ ਜਿਹੜਾ ਜਲਦੀ ਜਲਦੀ ਜਿਹੜੇ ਆਪਣੀ ਵੀਡੀਓ ਨਾ ਉਹ ਸ਼ੇਅਰ ਕਰ ਦਿਆ ਕਰੋ, ਅਤੇ ਇਹ ਵੀ ਤੁਹਾਡੇ ਪਿਆਰ ਨਾਲ ਹੀ ਜਿਹੜਾ ਆਪਾਂ ਜਿਹੜਾ ਸਮਾਨ ਆ ਜਿਹੜਾ ਨਵਾਂ ਨਵਾਂ ਲਿਆਉਂਦੇ ਹਾਂ। ਅਤੇ ਅੱਜ ਜਿਹੜੀ ਆਪਾਂ ਕਰ ਲਈਏ ਜੀ ਅਨਬੋਕਸਿੰਗ, ਖੋਲੋ ਓਏ ਪਾਣੀ ਬੱਲੇ ਬੱਲੇ ਬੱਲੇ। ਅੱਛਾ, ਕਾਫੀ ਸਮਾਨ ਤਰ੍ਹਾਂ ਤਰ੍ਹਾਂ ਦੇ ਨਾਲ ਹੀ ਦਿੰਦੇ ਆ, ਇਹ ਤਾਂ ਲੱਗੀ ਤਰ੍ਹਾਂ ਆ, ਇਹਨਾਂ ਨੇ ਕਰ ਕਾਪੀ ਦਿੱਤੀ ਇਹਦੇ, ਇਹ ਆਪਾਂ ਜਿਹੜਾ ਕਰਨਾ ਕਰ ਸਕਦੇ ਆ। HDMI ਕੇਬਲ ਆ, HDMI ਕੇਬਲ ਦੇ ਲੱਗੂ ਵੀ ਸਪੋਰਟ ਕਰੂ ਕਿਸੇ ਕਿਸੇ ਦੀ। ਆ ਇਹਦੀ ਹੈਗੀ ਆ VGI ਕੇਬਲ, ਆ VGI ਕੇਬਲ, ਆ ਇਹਦੀ ਹੈਗੀ ਆ ਪਾਵਰ ਕੇਬਲ, ਇਹਦੇ ਤੋਂ ਇਹ ਇਹਨੂੰ ਸਪਲਾਈ ਜਿਹੜੀ। ਅੱਛਾ, ਡਾਕਟਰ ਦਿੱਤਾ ਹੋਇਆ ਵੀ ਸਿੱਧੀ ਨਾ ਲਾਈਟ ਮਿਲੇ ਇਹਨੂੰ, ਆ ਦੂਜੀਆਂ ਜਗ੍ਹਾ ਲੈਣੀ ਵੀ ਸਿੱਧਾ ਹੀ ਹੁੰਦਾ ਵੀ ਸਿੱਧੀ ਲਾਈਟ ਮਿਲ ਜੂ, ਇੱਥੇ ਸਪੈਸ਼ਲ ਆ ਡਾਕਟਰ ਲੱਗਿਆ ਹੋਇਆ ਇਹਦੇ 'ਚ ਲਾਈਟ ਦਿਓ, ਅਤੇ ਜਿੰਨੀ ਉਹਨੂੰ ਲਾਈਟ ਚਾਹੀਦੀ ਆ ਉੰਨੀ ਉਹਨੂੰ ਮਿਲੂਗੀ। ਆਹ ਕੀ ਆ, ਆ ਪਲੇਟ 'ਚ ਪਤਾ ਨਹੀਂ ਕਾਹਲੀ ਆ, ਠੀਕ ਆ ਠੀਕ ਆ ਠੀਕ ਆ, ਕਾਫੀ ਜਿਹੜਾ ਕੰਮ ਹੈ ਬਰੀਕੀ ਵਾਲਾ ਹੈਗਾ,
ਹੁਣ ਆਪਣੀ ਜਿਹੜੀ ਮੇਨ ਐਲ ਈ ਡੀ ਉਹ ਤਾਂ ਰਹਿ ਗਈ, ਉਹ ਵੀ ਤੁਹਾਨੂੰ ਦਿਖਾਉਂਦੇ। ਅੱਛਾ, ਇਹਦੀ ਮਤਲਬ ਸੀ ਡੀ ਵੀ ਹੁੰਦੀ ਆ ਲੈ, ਇਹ 'ਚ ਮਤਲਬ ਜਿਹੜਾ ਸੋਫਟਵੇਅਰ ਹੋਊਗਾ ਕੋਈ। ਹਾਂ, ਏ ਓ ਸੀ ਮੈਨੂੰ। ਠੀਕ ਆ ਠੀਕ ਆ, ਇਹ ਮੈਨੂੰ ਲੱਗਦਾ ਵੀ ਐਲ ਈ ਡੀ ਹੁੰਦੀ ਆ ਨਾਲ ਕਿ ਨਹੀਂ, ਆਰ ਸੀ ਡੀ ਆਹ ਸੀ ਡੀ ਆ ਨਾਲ ਇਹਨਾਂ ਨੇ। ਚਲੋ ਇਹ ਬਾਅਦ ਚਲੋ ਚਲਾਵਾਂਗੇ। ਆ ਗਿਆ ਲੱਗਦਾ ਬੱਚਾ ਕੱਢਣ ਲੱਗੇ ਆ। ਇੱਧਰੋਂ ਇੱਧਰੋਂ ਹੋ ਵੀ, ਇੱਧਰੋਂ ਦਰਸ਼ਨ ਕਰਾ ਵੀ, ਇੱਧਰੋਂ ਕਾਲੀ ਨਾਗਣੀ ਹੈ ਤੇ ਲੈ ਵੀ ਬਿਲਿਓ ਜਿਹੜੀ ਇਹ ਨਾ ਫੁੱਲ ਸਕਰੀਨ ਹੈ, ਫੁੱਲ ਸਕਰੀਨ ਮਤਲਬ ਇਹਦੇ ਪਾਸੇ ਬਾਰਡਰ ਨਹੀਂ ਗਾ, ਜਿੰਨੀ ਹੈਗੀ ਜਿਵੇਂ ਹੈਗੀ ਆ ਇੰਨੀ ਇੰਨੀ ਚੱਲੂਗੀ। ਅਤੇ ਚੰਦ ਕੁ ਮਿੰਟਾਂ 'ਚ ਮੈਂ ਤੁਹਾਨੂੰ ਜਿਹੜੀ ਜੋੜ ਕੇ ਪੀ ਸੀ ਨਾਲ ਕਨੈਕਟ ਕਰਕੇ ਵਿਖਾ ਹੀ ਦਿੰਦਾ। ਹੁਣ ਲੱਗਦੇ ਹੱਥ ਲੱਗੇ ਤਾਂ ਹੈ ਹੀ ਹੁਣ, ਅਤੇ ਆਹ ਇਹਦੇ ਮੁੰਡਾ ਤਾਂ ਪੈਰ 'ਚ ਤਾਂ ਹੀ ਕਸੇ ਜਾਣਗੇ ਕਸੇ ਗਏ। ਲੈ ਬਈ ਓਕੇ ਜੀ, ਇਹ ਜੀ ਇੱਥੋਂ ਤੱਕ ਤਾਂ ਹੋ ਗਈ ਕੰਪਲੀਟ। ਤਾਰ ਤੂਰੇ ਦੇ ਨਾਲ ਅਜੇ ਕੋਈ ਨਹੀਂ ਲੱਗੀ, ਤਾਰਾਂ ਲਾਉਣੇ ਆ, ਉਸ ਤੋਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਚੈੱਕ ਕਰਾਵਾਂਗੇ। ਆ ਜਾਓ ਪਹਿਲਾਂ ਮੈਨੂੰ ਪੀ ਸੀ ਨਾਲ ਜੋੜਦਾ।